ਅੰਦੋਲਨ ਦੌਰਾਨ ਹਰਿਆਣਾ ਪੁਲਿਸ ਨੇ ਕਿਸਾਨਾਂ ਤੇ ਛੱਡੇ ਸੀ ਡਰੋਨ ਰਾਹੀਂ ਹੰਝੂ ਗੈਸ ਦੇ ਗੋਲੇ। ਹਰਿਆਣਾ ਦੇ DGCA ਕੋਲ ਡਰੋਨ ਦੀ ਕੋਈ ਵੀ ਜਾਣਕਾਰੀ ਨਹੀਂ ਸੀ ਉਪਲਬਧ। DGCA ਨੂੰ ਨਹੀਂ ਪਤਾ ਕਿ ਪੁਲਿਸ ਕੋਲ ਕਿੰਨੇ ਡਰੋਨ ਸਨ। ਕਿਸਾਨ ਅੰਦੋਲਨ ਚ ਉੱਡਣ ਵਾਲੇ ਡਰੋਨਾਂ ਨੂੰ ਲੈ ਕੇ ਵੱਡਾ ਖੁਲਾਸਾ। ਤਾਂ ਦੱਸ ਦਈਏ ਕਿ ਕਿਸਾਨਾਂ ਦੇ ਅੰਦੋਲਨ ਚ ਉੱਡਣ ਵਾਲੇ ਡਰੋਨਾਂ ਨੂੰ ਲੈ ਕੇ ਹੁਣ ਇੱਕ ਵੱਡਾ ਖੁਲਾਸਾ ਹੋਇਆ। ਦਰਅਸਲ ਇੱਕ RTI ਦੇ ਤਹਿਤ ਇਹ ਵੱਡਾ ਖੁਲਾਸਾ ਹੋਇਆ, ਜਿਸ ਦੇ ਵਿੱਚ ਹਰਿਆਣਾ ਦੇ DGCA ਕੋਲ ਡਰੋਨ ਦੀ ਕੋਈ ਵੀ ਜਾਣਕਾਰੀ ਨਹੀਂ ਸੀ। RTI 'ਚ ਇਹ ਖੁਲਾਸਾ ਹੋਇਆ। DGCA ਦਾ ਮਤਲਬ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ, ਜਿਸ ਦਾ ਮਤਲਬ ਕਿ ਜੋ ਡਰੋਨ ਉੱਡਦੇ ਨੇ ਉਹਨਾਂ ਦੇ ਲਈ ਜੋ ਪਰਮਿਸ਼ਨ ਹੈ ਉਹ DGCA ਦੇ ਵੱਲੋਂ ਦਿੱਤੀ ਜਾਂਦੀ ਹੈ। ਇਹਨਾਂ ਦੇ ਕੁਝ ਮਾਪਦੰਡ ਹੁੰਦੇ ਨੇ, ਜੇਕਰ ਉਹ ਪੂਰੇ ਹੁੰਦੇ ਨੇ ਤਾਂ ਹੀ ਇਲਾਕੇ ਦੇ ਵਿੱਚ ਕਿਸੇ ਵੀ ਡਰੋਨ ਉਡਾਇਆ ਜਾ ਸਕਦਾ। ਤਾਂ DGCA ਦੇ ਕੋਲ ਇਹ ਜਾਣਕਾਰੀ ਕੋਈ ਵੀ ਉਪਲਬਧ ਨਹੀਂ ਸੀ ਕਿ ਕਿਸਾਨ ਅੰਦੋਲਨ ਦੇ ਵਿੱਚ ਜੋ ਪੁਲਿਸ ਦੇ ਵੱਲੋਂ ਡਰੋਨ ਉਡਾਏ ਗਏ ਸੀ ਉਹ ਕਿੱਥੋਂ ਆਏ ਸੀ, ਕੀ ਉਹ ਰਜਿਸਟਰਡ ਸੀ, ਜਾਂ ਫਿਰ ਜੇਕਰ ਰਜਿਸਟਰਡ ਸੀ ਤਾਂ ਕਿਸੇ ਟ੍ਰੇਨਡ ਪਾਇਲਟ ਦੇ ਵੱਲੋਂ ਹੀ ਉਹ ਉਡਾਏ ਗਏ। ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ, ਪਰ ਉਹਨਾਂ ਨੂੰ ਹਰਿਆਣਾ ਦੇ ਬੋਰਡਰਾਂ ਦੇ ਉੱਤੇ ਹੀ ਰੋਕ ਲਿਆ ਸੀ। ਤਾਂ ਦੱਸ ਦਈਏ ਕਿ ਖਨੌਰੀ ਬੋਰਡਰ ਅਤੇ ਸ਼ੰਭੂ ਬੋਰਡਰ ਦੇ ਉੱਤੇ ਜਦੋਂ ਕਿਸਾਨਾਂ ਨੂੰ ਰੋਕਿਆ ਜਾਂਦਾ ਹੈ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਖਦੇੜਨ ਦੇ ਲਈ ਡਰੋਨ ਰਾਹੀਂ ਹੰਝੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਕਰੀਬ 100 ਤੋਂ ਵੱਧ ਕਿਸਾਨ ਦੋਵਾਂ ਬੋਰਡਰਾਂ 'ਤੇ ਜ਼ਖਮੀ ਹੋਏ ਸੀ। ਤਾਂ ਹੁਣ ਉਸ ਡਰੋਨਾਂ ਨੂੰ ਲੈ ਕੇ ਇਹ ਵੱਡਾ ਖੁਲਾਸਾ ਹੋਇਆ, ਜਿਸ ਦੇ ਵਿੱਚ DGCA ਦੇ ਕੋਲ ਜਦੋਂ ਇਹ ਸਵਾਲ ਪੁੱਛੇ ਗਏ ਇੱਕ RTI ਐਕਟੀਵਿਸਟ ਦੇ ਵੱਲੋਂ, ਤਾਂ ਉਸਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਕਿ DGCA ਨੂੰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਤਾਂ ਦੱਸ ਦਈਏ ਕਿ RTI 'ਚ ਇਹ ਵੱਡਾ ਖੁਲਾਸਾ ਹੋਇਆ। ਇੱਕ ਵਿਅਕਤੀ ਨੇ DGCA ਦੇ ਕੋਲੋਂ ਇਹ ਸਵਾਲ ਪੁੱਛੇ ਸੀ। ਨਿਯਮ ਅਨੁਸਾਰ 2 ਕਿਲੋ ਤੋਂ ਵੱਧ ਡਰੋਨ ਜਦੋਂ ਉਡਾਉਣਾ ਹੁੰਦਾ ਤਾਂ ਉਸਦੇ ਲਈ ਟ੍ਰੇਨਿੰਗ ਲੈਣੀ ਪੈਂਦੀ ਹੈ, ਬਕਾਇਦਾ ਇੱਕ ਲਾਇਸੈਂਸ ਇਸ਼ੂ ਕੀਤਾ ਜਾਂਦਾ। ਟ੍ਰੇਨਿੰਗ ਵੀ ਉਸ ਥਾਂ ਤੋਂ ਮਿਲਦੀ ਹੈ ਜਿੱਥੇ DGCA ਤੋਂ ਜੋ ਮਨਜ਼ੂਰ ਸ਼ੁਦਾ ਸੰਸਥਾ ਹੋਵੇ। ਤਾਂ ਦੱਸ ਦਈਏ ਕਿ ਲਾਇਸੈਂਸ ਦੀ ਫੀਸ ਵੀ ਕਰੀਬ 25,000 ਹੁੰਦੀ ਹੈ, ਰੀਨਿਊ ਦੀ ਫੀਸ 10,000 ਰੁਪਏ ਹੁੰਦੀ ਹੈ। ਅਤੇ DGCA ਦੇ ਵੱਲੋਂ ਦੇਸ਼ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਹ ਕੁਝ ਸਖ਼ਤ ਨਿਯਮ ਬਣਾਏ ਗਏ ਨੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਡਰੋਨ ਦੇ ਲਈ ਨਿਯਮ ਕੀ ਹੁੰਦੇ ਨੇ। DGCA ਦੇ ਨਿਯਮਾਂ ਦੇ ਮੁਤਾਬਿਕ ਜੇਕਰ ਕਿਸੇ ਨੇ ਵੀ 2 ਕਿਲੋ ਜਾਂ ਇਸ ਤੋਂ ਵੱਧ ਵਜਨ ਵਾਲਾ ਡਰੋਨ ਉਡਾਉਣਾ ਹੁੰਦਾ ਤਾਂ ਉਸਦੇ ਲਈ ਲਾਇਸੈਂਸ ਅਤੇ ਟ੍ਰੇਨਿੰਗ ਲੈਣੀ ਜ਼ਰੂਰੀ ਹੁੰਦੀ ਹੈ। ਡਰੋਨ ਦੇ ਲਈ ਮਿਲਣ ਵਾਲੀ ਜੋ ਲਾਇਸੈਂਸ ਦੀ ਫੀਸ ਹੈ ਉਹ 25,000 ਰੁਪਏ ਤੈਅ ਕੀਤੀ ਹੈ ਅਤੇ ਰੀਨਿਊ ਫੀਸ 10,000 ਰੁਪਏ ਤੈਅ ਕੀਤੀ ਗਈ ਹੈ। ਇਹੀ ਨਹੀਂ, ਡਰੋਨ ਨੂੰ ਉਡਾਉਣ ਦੇ ਲਈ ਲਾਇਸੈਂਸ ਤਾਂ ਹੀ ਲਾਗੂ ਹੁੰਦਾ ਜੇਕਰ ਤੁਸੀਂ DGCA ਤੋਂ ਮਾਨਤਾ ਪ੍ਰਾਪਤ ਸੰਸਥਾ ਤੋਂ ਡਰੋਨ ਉਡਾਉਣ ਦੇ ਗੁਰ ਸਿੱਖੇ ਹੋਣ। ਤਾਂ ਦੱਸ ਦਈਏ ਕਿ DGCA ਨੇ ਇਹ ਨਿਯਮ ਦੇਸ਼ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਣਾਏ ਗਏ ਨੇ। ਇਸ ਤੋਂ ਇਲਾਵਾ ਸਮਾਲ ਕੈਟੇਗਰੀ ਦੇ ਡਰੋਨ ਜਦੋਂ ਪੁਲਿਸ ਦੇ ਵੱਲੋਂ ਉਡਾਏ ਜਾਂਦੇ ਨੇ ਤਾਂ ਉਸਦੇ ਲਈ ਵੀ ਕੁਝ ਮਾਪਦੰਡ ਹੁੰਦੇ ਨੇ। ਦੱਸ ਦਈਏ ਕਿ ਇਹਨਾਂ ਕੈਟੇਗਰੀ ਦੇ ਵਿੱਚ ਸਭ ਤੋਂ ਘੱਟ ਵਜਨ ਵਾਲੇ 250 ਗ੍ਰਾਮ ਵਜਨੀ ਨੈਨੋ ਡਰੋਨ ਵਿਮਾਨ ਨੇ। ਇਹਨਾਂ ਦਾ ਇਸਤੇਮਾਲ ਖਿਲੌਣਿਆਂ ਦੇ ਰੂਪ ਵਿੱਚ ਹੁੰਦਾ ਅਤੇ ਇਸ ਤੋਂ ਬਾਅਦ ਦੇ ਵਿੱਚ 250 ਗ੍ਰਾਮ ਤੋਂ ਲੈ ਕੇ 2 ਕਿਲੋ ਵਜਨ ਵਾਲੇ ਡਰੋਨ ਨੂੰ ਮਾਈਕਰੋ, 2 ਕਿਲੋ ਤੋਂ ਉੱਪਰ 25 ਕਿਲੋ ਨੂੰ ਸਮਾਲ ਅਤੇ 25 ਤੋਂ 150 ਕਿਲੋ ਲਾਰਜ ਜਾਂ ਇਸ ਤੋਂ ਵੱਡੇ ਆਧਾਰਾਂ ਦੇ ਵਿੱਚ ਵੰਡਿਆ ਗਿਆ। ਤਾਂ ਦੱਸ ਦਈਏ ਕਿ ਜੋ ਕਿਸਾਨ ਅੰਦੋਲਨ ਦੇ ਵਿੱਚ ਡਰੋਨ ਉਡਾਏ ਗਏ ਸੀ ਉਸਦੀ ਜੋ ਜਾਣਕਾਰੀ ਹੈ DGCA ਦੇ ਕੋਲ ਨਹੀਂ ਹੈ। ਹਾਲਾਂਕਿ ਲਗਾਤਾਰ ਡਰੋਨ ਦੇ ਨਾਲ ਕਈ ਕਿਸਾਨ ਜ਼ਖਮੀ ਹੋਏ ਸੀ। ਤਾਂ RTI ਦੇ ਵਿੱਚ ਹੁਣ ਇਹ ਵੱਡਾ ਖੁਲਾਸਾ ਹੋਇਆ।